ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸ੍ਰੀ ਗੁਰੂ ਗੋਬਿੰਦ ਸਿੰਘ ਦਰਸ਼ਨ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ ਆਉ ਉਸ ਦਾ ਅਗਲਾ ਐਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ 13ਵਾਂ ਅੰਕ ਸਹਿਦ ਖਾਂ ਗੁਰੂ ਜੀ ਦਾ ਸਿੱਖ ਬਣਿਆ ਗੁਰੂ ਜੀ ਨੇ ਆਪਣੇ ਸੇਵਕਾਂ ਨਾਲ ਅਨੰਦਪੁਰ ਦੀ ਕਿਲੇਬੰਦੀ ਮੁਕੰਮਲ ਕਰ ਲਈ ਇਸ ਨੂੰ ਸੰਯੁਕਤ ਸੈਨਾ ਨੇ ਘੇਰਾ ਕੱਤ ਲਿਆ ਰਾਤ ਦੇ ਚੋਰੀ ਛਿਪੇ ਹਲਿਆਂ ਨਾਲ ਉਹਨਾਂ ਨੂੰ ਪੁਜਾ ਦਿੱਤਾ ਜਾਂਦਾ ਪਰ ਲਾਹੌਰ ਤੇ ਸਰਹੰਦ ਤੋਂ ਹੋਰ ਸਹਾਇਤਾ ਪੁੱਜ ਗਈ ਅਨੰਦਪੁਰ ਦਾ ਘੇਰਾ ਮੁਕੰਮਲ ਕਰ ਦਿੱਤਾ ਗਿਆ ਅਤੇ ਕੋਈ ਵੀ ਰਸਦ ਅੰਦਰ ਨਹੀਂ ਸੀ ਜਾਣ ਦਿੱਤੀ ਜਾਂਦੀ ਇਸ ਘੇਰੇ ਦੇ ਪਿੱਛੋਂ ਵਾਪਰਨ ਵਾਲੇ ਮਹੀਨਿਆਂ ਵਿੱਚ ਕਈ ਅਜੀਬ ਘਟਨਾਵਾਂ ਵਾਪਰੀਆਂ ਗਜ਼ਨੀ ਵੱਲੋਂ ਆਏ ਪੀਰ ਬੁੱਧੂ ਸ਼ਾਹ ਦੀ ਪਤਨੀ ਦੇ ਭਾਈ ਤੇ ਨਵੇਂ ਬਣੇ ਜਰਨੈਲ ਸਹਿਦ ਖਾਨ ਨੂੰ ਅਨੰਦਪੁਰ ਨੂੰ ਘੇਰੀ ਬੈਠੀ ਸੈਨਾ ਦਾ ਨਵਾਂ সেনਾਪਤੀ ਨਿਯੁਕਤ ਕੀਤਾ ਗਿਆ। ਉਹ ਆਪਣੀ ਭੈਣ ਨੂੰ ਮਿਲਣ ਸਡੋਰੇ ਗਿਆ। ਉਸਨੇ ਆਪਣੀ ਭੈਣ ਨੂੰ ਆਪਣੇ ਵਿਰੋਧੀ ਦਲ ਦੀ ਖਾਤਰ ਸ਼ਹੀਦ ਹੋਏ ਪੁੱਤਰਾਂ ਦੇ ਮਾਤਮ ਵਿੱਚ ਬੈਠੀ ਨੂੰ ਵੇਖਿਆ। ਪੀਰ ਬੁੱਧੂ ਸ਼ਾਹ ਵੀ ਉਦੋਂ ਹੀ ਰਣਖੇਤਰ ਤੋਂ ਵਾਪਸ ਮੁੜਿਆ ਸੀ। ਸਹਿਦ ਖਾਨ ਨੇ ਉਸ ਨਾਲ ਵਾਦ-ਵਿਵਾਦ ਛੇੜ ਦਿੱਤਾ ਕਿ ਉਹ ਕਾਫਰ ਦਾ ਚੇਲਾ ਕਿਉਂ ਬਣਿਆ ਹੈ ਇਸ ਵਾਦ-ਵਿਵਾਦ ਦਾ ਨਸੀਮਾ ਨੇ ਅੰਤ ਕੀਤਾ ਜਿਸ ਨੇ ਡੂੰਗੀ ਸ਼ੋਕ ਵਿੱਚ ਡੁੱਬੀ ਹੋਈ ਨੇ ਸਮਾਦੀ ਵਿੱਚ ਆਕਾਸ਼ ਪਰਦੇ ਨੂੰ ਚਾਕ ਹੁੰਦੇ ਵੇਖਿਆ ਅਤੇ ਦੇਵ ਮੰਡਲ ਵਿੱਚ ਆਪਣੇ ਚੋਹਾ ਪੁੱਤਰਾਂ ਨੂੰ ਫਰਿਸ਼ਤੇ ਵਰਗੇ ਨੂਰਾਨੀ ਚਿਹਰਿਆਂ ਤੇ ਪੂਰਨ ਆਤਮਾ ਦੇ ਰੂਪ ਵਿੱਚ ਪ੍ਰਕਾਸ਼ਮਾਨ ਵੇਖਿਆ ਇਸ ਨਾਲ ਉਸ ਦੀ ਆਤਮਾ ਨੂੰ ਸ਼ਕਤੀ ਮਿਲੀ ਉਸਨੇ ਹਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਨਹੀਂ ਸੰਕਿਤੇ ਉਸੇ ਲਿਵ ਦੀ ਧਿਆਨੀ ਦਸ਼ਾ ਵਿੱਚ ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਸਬਜ਼ੇ ਘੋੜੇ ਉੱਤੇ ਸਵਾਰ ਤੱਕਿਆ ਜੋ ਉਸ ਨੂੰ ਸੰਬੋਧਨ ਕਰਕੇ ਕਹਿ ਰਹੇ ਸੰਤ ਪੁਤਰੀ ਚਿੰਤਾ ਨਾ ਕਰੋ ਸੋਗ ਨਾ ਮਨਾਓ ਤੁਹਾਡੇ ਮਹਾਨ ਸਪੁੱਤਰ ਉਚੇਰੇ ਮੰਡਲਾਂ ਵਿੱਚ ਨਿਵਾਸ ਰੱਖ ਰਹੇ ਹਨ ਇਸੇ ਹੱਥ ਨੇ ਹੀ ਇਸ ਪਰਦੇ ਨੂੰ ਚਾਕ ਕੀਤਾ ਸੀ ਸਮਾਧੀ ਖੁੱਲਣ ਤੇ ਨਸੀਰਾ ਨੂੰ ਗਿਆਨ ਹੋਇਆ ਕਿ ਅਨੰਦਪੁਰ ਵਾਸੀ ਗੁਰੂ ਜੀ ਦੇ ਜਿਸ ਜਿਸ ਰੂਪ ਨੇ ਉਸ ਦੇ ਪਤੀ ਨੂੰ ਮੋਹ ਲਿਆ ਸੀ ਹੁਣ ਉਹ ਵੀ ਗੁਰੂ ਜੀ ਦੀ ਹੋ ਚੁੱਕੀ ਸੀ ਅਤੇ ਆਪਣੇ ਪਤੀ ਵਾਂਗ ਇਹ ਗੱਲ ਪ੍ਰਵਾਨ ਕਰ ਚੁੱਕੀ ਸੀ ਕਿ ਅਜਿਹੇ ਮਹਾਨ ਵਿਅਕਤੀ ਨੂੰ ਸਭ ਕੁਝ ਅਰਪਣ ਕਰਨ ਤੋਂ ਬਿਨਾ ਕੋਈ ਰਹਿ ਨਹੀਂ ਸਕਦਾ ਅਸੀਂ ਪ੍ਰੀਤਮ ਲਈ ਜੀਉਂਦੇ ਹਾਂ ਅਤੇ ਉਸ ਦੇ ਦੀਦਾਰ ਦੀ ਇੱਕ ਝਲਕ ਲਈ ਹਜ਼ਾਰ ਵਾਰ ਆਪਣੇ ਆਪ ਨੂੰ ਕੁਹਾ ਸਕਦੇ ਹਾਂ ਸੈਦ ਖਾਨ ਵੀ ਆਪਣੀ ਭੈਣ ਵਾਲੇ ਰੰਗ ਵਿੱਚ ਰੰਗਿਆ ਗਿਆ ਅਤੇ ਬੜੀ ਦੁਬਧਾ ਵਿੱਚ ਫਸ ਗਿਆ ਸੀ ਕਿਉਂ ਜੋ ਉਸ ਨੂੰ ਗੁਰੂ ਜੀ ਵਿਰੁੱਧ ਲੜ ਰਹੀ ਸੈਨਾ ਦਾ ਆਗੂ ਥਾਪਿਆ ਗਿਆ ਸੀ ਇਸ ਲਈ ਉਸ ਨੇ ਸਡੋਰੇ ਤੋਂ ਅਨੰਦਪੁਰ ਕੂਚ ਕੀਤਾ ਸਿੱਖੀ ਮਾਰਗ ਵਿੱਚ ਪਰਵੇਸ਼ ਕਰਨ ਤੋਂ ਪਿਛੋਂ ਨਸੀਰਾ ਆਪਣੇ ਧਿਆਨ ਵਿੱਚ ਸਦਾ ਗੁਰੂ ਚਰਨਾਂ ਨਾਲ ਲਿਵ ਜੋੜੀ ਰੱਖਦੀ ਤੇ ਉਸ ਨੂੰ ਗੁਰੂ ਜੀ ਅਨੰਦਪੁਰ ਬੈਠੇ ਹੋਏ ਪ੍ਰਤੱਖ ਦਿਖਾਈ ਦੇਂਦੇ ਕਿੱਲੇ ਦੇ ਬਾਹਰ ਲੜਾਈ ਹੋ ਰਹੀ ਸੀ ਅੰਦਰ ਹਾਲੀਮੀ ਸਿੱਖ ਸੰਗਤ ਰਬੀ ਕੀਰਤਨ ਵਿੱਚ ਮਗਨ ਸੀ ਜਿਸ ਦੀਆਂ ਧੁਨਾ ਆਕਾਸ਼ ਗੂੰਜਾਰੀਆਂ ਸਨ ਅਤੇ ਨਾਮ ਦਾ ਪਵਿੱਤਰ ਪਰਵਾਹ ਉਹਨਾਂ ਦੇ ਹਿਰਦਿਆਂ ਨੂੰ ਭਰਪੂਰ ਕਰ ਰਿਹਾ ਸੀ ਇਹ ਆਨੰਦ ਗੁਰੂ ਜੀ ਦੀ ਮਹਾਨ ਆਤਮਾ ਵਿੱਚੋਂ ਫੁੱਟਦਾ ਸੀ ਨਸੀਰਾ ਹੁਣ ਆਪਣੇ ਸਰੀਰ ਵਿੱਚ ਨਹੀਂ ਸੀ ਵਿਚਰ ਰਹੀ ਸਗੋਂ ਗੁਰੂ ਦੇ ਚਰਨਾਂ ਉੱਤੇ ਆਪਣੇ ਆਪ ਨੂੰ ਟਿਕਾਈ ਬੈਠੀ ਸੀ ਇੱਕ ਦਿਨ ਉਸ ਵੇਖਿਆ ਕਿ ਗੁਰੂ ਜੀ ਨੀਲੇ ਘੋੜੇ ਤੇ ਸਵਾਰ ਹੋ ਕੇ ਵੈਰੀ ਦਲਾਂ ਵਿੱਚ ਜਾ ਰਹੇ ਹਨ ਉਹ ਸੈਦ ਖਾਨ ਦੇ ਨੇੜੇ ਜਾ ਪੁੱਜੇ ਉਸ ਧਿਆਨ ਵਿੱਚ ਬੈਠੀ ਨੇ ਦੇਖਿਆ ਕਿ ਸੈਦ ਖਾਨ ਨੇ ਆਪਣੀ ਬੰਦੂਕ ਨੂੰ ਚੁੱਕ ਕੇ ਗੁਰੂ ਜੀ ਵੱਲ ਸ਼ਿਸ਼ਟ ਲਈ ਹੈ ਪਰ ਸਾਹਮਣੇ ਨਸੀਰਾ ਆਪ ਖੜੀ ਹੋ ਗਈ ਜਿਸ ਨਾਲ ਗੋਲੀ ਨਿਸ਼ਾਨੇ ਤੋਂ ਖੁੰਝ ਗਈ ਇਹ ਸਭ ਕੁਝ ਉਸ ਦੇ ਘਰ ਵਿੱਚ ਬੈਠਿਆਂ ਧਿਆਨ ਸਥਿਤ ਅਵਸਥਾ ਵਿੱਚ ਹੀ ਵਾਪਰਿਆ ਅਨੰਤ ਪੁਰਵਖੇ ਗੁਰੂ ਜੀ ਸੈਦ ਖਾਨ ਕੋਲ ਇਕੱਲੇ ਹੀ ਘੋੜੇ ਤੇ ਸਵਾਰ ਹੋ ਕੇ ਗਏ ਸਨ ਜਦੋਂ ਉਹ ਸੈਦ ਖਾਨ ਕੋਲ ਪੁੱਜੇ ਤਾਂ ਉਸਨੇ ਉਹਨਾਂ ਵੱਲ ਬੰਦੂਕ ਦਾ ਨਿਸ਼ਾਨਾ ਬਣਿਆ ਜੋ ਖੁੰਝ ਗਿਆ ਇਹਨੇ ਵਿੱਚ ਗੁਰੂ ਜੀ ਸੈਦ ਖਾਨ ਦੇ ਬਿਲਕੁਲ ਨੇੜੇ ਪੁੱਜ ਗਏ ਤੇ ਫਰਮਾਉਣ ਲੱਗੇ ਔ ਸੈਦ ਖਾਨ ਅਸੀਂ ਜੰਗ ਕਰੀ ਸੈਦ ਖਾਨ ਸਡੋਰੇ ਤੋਂ ਨਵਾਂ ਨਵਾਂ ਹੀ ਆਇਆ ਸੀ ਅਤੇ ਜਦੋਂ ਗੁਰੂ ਜੀ ਦੇ ਦਰਸ਼ਨ ਕਰ ਰਿਹਾ ਸੀ ਤਾਂ ਨਸੀਰਾਂ ਦਾ ਚਿਹਰਾ ਉਹਨਾਂ ਸਾਹਮਣੇ ਖੜਾ ਸੀ ਹਜ਼ੂਰ ਇਹ ਸਭ ਇਹਦ ਕੀ ਹੈ ਮੈਨੂੰ ਇਸ ਰਾਜ਼ ਨੂੰ ਖੋਲ ਕੇ ਸਮਝਾਓ ਸੈਦ ਖਾਨ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉੱਤਰ ਦਿੱਤਾ ਰਕਾਬਾਂ ਉੱਪਰ ਸਿਰ ਚੁੱਕ ਜਦ ਉਸਨੇ ਗੁਰੂ ਜੀ ਦੇ ਚਰਨਾਂ ਉੱਤੇ ਸੀਸ ਨਿਵਾਇਆ ਤਾਂ ਉਹ ਸਿੱਖੀ ਮਾਰਗ ਵਿੱਚ ਪਰਵੇਸ਼ ਕਰ ਗਿਆ ਉਸ ਨੂੰ ਸਿਮਰਨ ਦੀ ਦਾਤ ਵੀ ਪ੍ਰਾਪਤ ਹੋ ਗਈ ਇਹ ਗੱਲ ਫੁਰਨੇ ਤੋਂ ਵੀ ਥੋੜੇ ਸਮੇਂ ਵਿੱਚ ਵਾਪਰੀ ਗੁਰੂ ਜੀ ਨੇਤਰ ਫੋਰ ਵਿੱਚ ਉੱਥੋਂ ਵਿਦਾ ਹੋ ਗਏ ਸ਼ਤਰੂ ਨੂੰ ਇਸ ਸਥਿਤੀ ਤੇ ਬੀਤੀ ਘਟਨਾ ਦੇ ਅਭਾਸ ਤੱਕ ਹੋਣ ਤੋਂ ਪਹਿਲਾਂ ਗੁਰੂ ਜੀ ਕਿੱਲੇ ਵਿੱਚ ਜਾ ਚੁੱਕੇ ਸਨ ਸਹਿਦ ਖਾਨ ਨੇ ਕਿਸੇ ਦੂਜੇ ਵਿਅਕਤੀ ਨੂੰ ਆਪਣੇ ਨਾਲ ਬੀਤੀ ਘਟਨਾ ਬਾਰੇ ਕੁਝ ਵੀ ਨਾ ਦੱਸਿਆ ਉਸਨੇ ਤਲਵਾਰ ਸੁੱਟ ਦਿੱਤੀ ਭੇਸ ਬਦਲ ਲਿਆ ਅਤੇ ਰਣਖੇਤਰ ਨੂੰ ਛੱਡ ਕੇ ਕਾਂਗੜੇ ਦੇ ਕੋਲ ਇੱਕ ਗੁਫਾਵਲ ਚਲਾ ਗਿਆ ਇੱਥੇ ਹੀ ਗੁਰੂ ਜੀ ਨੇ ਉਸ ਨੂੰ ਜਾਣ ਦੀ ਆਗਿਆ ਦਿੱਤੀ ਸੀ ਤਾਂ ਜੋ ਉੱਥੇ ਆਪਣਾ ਜੀਵਨ ਸਿਮਰਨ ਵਿੱਚ گزار ਸਕੇ ਅੰਕ 14 ਗੁਰੂ ਜੀ ਦਾ ਘੇਰੇ ਵਿੱਚ ਆ ਜਾਣਾ ਇਸ ਸਮੇਂ ਸਿੱਖ ਭੁੱਖਾ ਤੋਂ ਤੰਗ ਸਨ ਸਿੱਖਾਂ ਦੇ ਨਾਲ ਹੀ ਗੁਰੂ ਜੀ ਮਾਤਾ ਜੀ ਚਾਰ ਸਾਬਜ਼ਾਦੇ ਮਾਤਾ ਗੁਜਰੀ ਜੀ ਸਭ ਭੁੱਖਾਂ ਘਟਣ ਲੱਗੇ ਪ੍ਰਸਾਦੀ ਵਰਗੇ ਹਾਥੀ ਤੇ ਘੋੜੇ ਆ ਪਹਿਲਾਂ ਹੀ ਭੁੱਖਾ ਹਾਥੋਂ ਖੁਰਖੁਰ ਕੇ ਮਰ ਚੁੱਕੇ ਸਨ ਗੁਰੂ ਜੀ ਅਖੀਰ ਦਮ ਤੱਕ ਕਿਲੇ ਵਿੱਚ ਰਹਿਣਾ ਚਾਹੁੰਦੇ ਸਨ ਪਰ ਸਿੱਖ ਗੁਰੂ ਜੀ ਤੇ ਉਹਨਾਂ ਦੇ ਚਾਰ ਛੋਟੇ ਸੁਪੁੱਤਰਾਂ ਨੂੰ ਭੋਖਾ ਤੋਂ ਤੰਗ ਨਹੀਂ ਸੰ ਦੇਖ ਸਕਦੇ ਉਹ ਉਹਨਾਂ ਨੂੰ ਅਨੰਦਪੁਰ ਛੱਡਣ ਲਈ ਮਜਬੂਰ ਕਰਨ ਲੱਗੇ ਪਰ ਗੁਰੂ ਜੀ ਨੇ ਕੜਾਈ ਨਾਲ ਕਿਹਾ ਕਿ ਉਹ ਸਿੱਖਾਂ ਦੇ ਨਾਲ ਹੀ ਅਖੀਰ ਦਮ ਤੱਕ ਰਹਿਣਗੇ ਨਹੀਂ ਤਾਂ ਉਹ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਜਾਣ ਕਿ ਉਹ ਗੁਰੂ ਜੀ ਦੇ ਸਿੱਖ ਨਹੀਂ ਹਨ 40 ਸਿੱਖਾਂ ਨੇ ਬੇਦਾਵਾ ਲਿਖ ਦਿੱਤਾ ਤੇ ਉੱਥੋਂ ਚਲੇ ਗਏ ਉਹ ਆਪਣੇ ਘਰਾਂ ਨੂੰ ਗਏ ਸਨ ਵਰਸਿਕ ਮਾਤਾਵਾਂ ਤੇ ਸਿੱਖ ਪਤਨੀਆਂ ਨੇ ਉਹਨਾਂ ਨੂੰ અપਨਾਉਣ ਤੋਂ ਨਾ ਕਰ ਦਿੱਤੀ ਕਿਤੇ ਵੀ ਉਹਨਾਂ ਨੂੰ ਜਿਉਂ ਆਇਆ ਨਾ ਆਖਿਆ ਗਿਆ ਇਸ ਉਤੇ ਉਹਨਾਂ ਨੂੰ ਡਾਢਾ ਪਛਤਾਵਾ ਹੋਇਆ ਉਹ ਗੁਰੂ ਪ੍ਰੀਤਮ ਕੋਲ ਵਾਪਸ ਅਨੰਦਪੁਰ ਜਾਣਾ ਲੋਚਦੇ ਸਨ ਪਰ ਉਹ ਮੁੜ ਕੇ ਉੱਥੇ ਨਹੀਂ ਪੁੱਜ ਸਕੇ ਇਸ ਸਮੇਂ ਤਾ ਗੁਰੂ ਜੀ ਅਨੰਦਪੁਰ ਤੋਂ ਜਾ ਚੁੱਕੇ ਸਨ ਉਹਨਾਂ ਦੇ ਜਾਣ ਪਿੱਛੋਂ ਘੇਰਾ ਪਾਉਣ ਵਾਲੀ ਫੌਜ ਵੱਲੋਂ ਇਹ ਸ਼ਰਤ ਪੇਸ਼ ਕੀਤੀ ਗਈ ਸੀ ਕਿ ਜੇ ਗੁਰੂ ਜੀ ਕਿਲਾ ਖਾਲੀ ਕਰ ਦੇਣ ਤਾਂ ਉਹਨਾਂ ਦਾ ਕਿਸੇ ਬੰਦੇ ਤੇ ਵਸਤੂ ਦਾ ਨੁਕਸਾਨ ਨਹੀਂ ਕੀਤਾ ਜਾਵੇਗਾ ਗੁਰੂ ਜੀ ਨੂੰ ਉਹਨਾਂ ਦੇ ਦਿੱਤੇ ਵਚਨਾਂ ਉੱਤੇ ਕੋਈ ਭਰੋਸਾ ਨਹੀਂ ਸੀ ਪਰ ਅਖੀਰ ਕਿਲਾ ਛੱਡ ਦਿੱਤਾ ਗਿਆ ਬਹੁਤ ਸਾਰੀਆਂ ਕੀਮਤੀ ਵਸਤਾਂ ਸਤਲੁਜ ਵਿੱਚ ਜੋ ਉਹਨਾਂ ਦਿਨਾਂ ਵਿੱਚ ਕਿਲੇ ਦੀਆਂ ਕੰਧਾਂ ਨਾਲ ਵਗਦਾ ਸੀ ਸੁੱਟ ਦਿੱਤੀਆਂ ਗਈਆਂ ਜੋ ਚੀਜ਼ ਵਸਤ ਨਾਲ ਜਾਣੀ ਸੀ ਉਹਨਾਂ ਵਿੱਚੋਂ ਕਈ ਮਨ ਹੱਥ ਲਿਖੀਆਂ ਪੁਸਤਕਾਂ ਸ਼ਾਮਲ ਸਨ ਜੋ ਸਾਲਾਂ ਦੀ ਮਿਹਨਤ ਪਿੱਛੋਂ ਨਨਦਪੁਰ ਵਿਖੇ ਲਿਖੇ ਗਏ ਸਾਹਿਤ ਦੇ ਅਦੁੱਤੀ ਸ਼ਾਹਕਾਰ ਸ ਹਾਲੀਓ ਕਿਲੇ ਤੋਂ ਦੂਰ ਨਹੀਂ ਸੰਗੇ ਕਿ ਵੈਰੀ ਨੇ ਉਹਨਾ ਉਤੇ ਹਲਾ ਬੋਲ ਦਿੱਤਾ ਗੁਰੂ ਜੀ ਦੀ ਮਾਤਾ ਗੁਜਰੀ ਤੇ ਦੋ ਸਹਬਜ਼ਾਦੇ ਇੱਕ ਛੋਟੇ ਦਲ ਵਿੱਚ ਬਚ ਨਿਕਲੇ ਜਿਨ੍ਹਾਂ ਨਾਲ ਕੇਵਲ ਇੱਕੋ ਬ੍ਰਾਹਮਣ ਰਸੋਈਆ ਸੇਵਾਦਾਰ ਸੀ ਜੋ ਉਹਨਾਂ ਨੂੰ ਆਪਣੇ ਪਿੰਡ ਲੈ ਗਿਆ ਖਾਲਸੇ ਦੇ ਮਾਤਾ ਜੀ ਦੂਜੇ ਬੰਨੇ ਚਲੇ ਗਏ ਅਤੇ ਗੁਰੂ ਜੀ ਆਪਣੇ ਕੁਝ ਸਿੱਖਾਂ ਨਾਲ ਰੋਪੜਵਾਲ ਰਵਾਨਾ ਹੋਏ ਇਸ ਲੜਾਈ ਵਿੱਚ ਲਗਭਗ ਸਾਰੇ ਹੱਥ ਲਿਖਤ ਗ੍ਰੰਥ ਨਸ਼ਟ ਹੋ ਗਏ। ਸੰਸਕ੍ਰਿਤ ਪੁਸਤਕਾਂ ਦੇ ਕੁਝ ਅਨਵਾਦ ਹੀ ਜੋ ਹੁਣ ਦਸਮ ਗ੍ਰੰਥ ਵਿੱਚ ਦਰਜ ਹਨ ਬਾਕੀ ਬਚੇ। ਇਸ ਭਾਜੜ ਵਿੱਚ ਵੀ ਗੁਰੂ ਜੀ ਨੇ ਨਾਮ ਅਭਿਆਸ ਦੇ ਪਰਵਾਹ ਨੂੰ ਆਪਣੇ ਸਿੱਖਾਂ ਵਿੱਚ ਘਟਣ ਨਹੀਂ ਸੀ ਦਿੱਤਾ। ਉਹਨਾਂ ਨੇ ਵੇਖ ਲਿਆ ਸੀ ਕਿ ਮੌਤ ਦੇ ਭੈ ਦਾ ਇਸ ਉਤੇ ਕੋਈ ਅਸਰ ਨਹੀਂ ਹੁੰਦਾ। ਇਸ ਭਾਂਜ ਦੇ ਸਮੇਂ ਵੀ ਖਾਲਸਾ ਪ੍ਰਭੂ ਦੀ ਉਸਤਤੀ ਵਿੱਚ ਰੋਜ਼ ਦੀਵਾਨ ਸਜਾਉਂਦਾ ਸੀ। ਉਹ ਗੁਰਬਾਣੀ ਦਾ ਕੀਰਤਨ ਕਰਦੇ ਸਨ ਤੇ ਆਪਣੇ ਆਪ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਦੇ ਸਨ ਅੰਗ 15ਵਾਂ ਸ਼ਹੀਦੀ ਦਾ ਮਿੱਠਾ ਜਾਮ ਪੰਜਾਬ ਦੀ ਰੋਪੜ ਤਹਿਸੀਲ ਦੇ ਇੱਕ ਸਥਾਨ ਚਮਕੌਰ ਵਿਖੇ ਗੁਰੂ ਜੀ ਨੇ ਗੜੀ ਉੱਪਰ ਕਬਜ਼ਾ ਕਰ ਲਿਆ ਉਸ ਸਮੇਂ ਉਹਨਾਂ ਦੇ ਨਾਲ 40 ਦੇ ਕਰੀਬ ਸਿੱਖ ਤੇ ਦੋ ਵੱਡੇ ਸਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਸਨ ਵੱਡਾ ਸਹਿਬਜ਼ਾਦਾ 15 ਸਾਲ ਦਾ ਤੇ ਛੋਟਾ 13 ਸਾਲ ਦਾ ਸੀ ਛੇਤੀ ਹੀ ਸ਼ਾਹੀ ਸੈਨਾ ਜੋ ਗੁਰੂ ਜੀ ਦਾ ਪਿੱਛਾ ਕਰ ਰਹੀ ਸੀ ਨੇ ਇਸ ਗੜੀ ਨੂੰ ਘੇਰ ਲਿਆ ਤੇ ਹੁਣ ਸਿਵਾਏ ਇਕੱਲਾ ਇਕੱਲਾ ਲੜਨ ਦੇ ਹੋਰ ਕੋਈ ਚਾਰਾ ਨਹੀਂ ਸੀ ਰਿਹਾ ਸਿੱਖਾਂ ਨੇ ਵੈਰੀਆਂ ਦੀ ਬੇਸ਼ੁਮਾਰ ਗਿਣਤੀ ਨੂੰ ਪਰੇਸ਼ਾਨ ਕਰਕੇ ਕਾਫੀ ਲੰਮੇ ਸਮੇਂ ਤੱਕ ਗੜੀ ਤੇ ਕਬਜ਼ਾ ਜਾਰੀ ਰੱਖਿਆ ਗੁਰੂ ਜੀ ਆਪਣੇ ਸੁਨਹਿਰੀ ਨੋਕਾਂ ਵਾਲੇ ਤੀਰਾਂ ਦੀ ਲਗਾਤਾਰ ਵਰਖਾ ਕਰਦੇ ਰਹੇ ਸਿੱਖ ਇੱਕ ਇੱਕ ਕਰਕੇ ਧਾਵਾ ਬੋਲਦੇ ਵੈਰੀ ਦਲ ਵਿੱਚ ਜਾ ਕੇ ਤਲਵਾਰਾਂ ਦੇ ਜੋਹਰ ਵਿਖਾਉਂਦੇ ਤੇ ਸ਼ਹੀਦ ਹੋ ਜਾਂਦੇ ਸਾਹਿਬ ਅਜੀਤ ਸਿੰਘ ਨੇ ਆਪਣੇ ਪਿਤਾ ਗੁਰੂ ਜੀ ਕੋਲ ਬੇਨਤੀ ਕੀਤੀ ਕਿ ਮੈਨੂੰ ਵੀ ਜੰਗ ਵਿੱਚ ਜਾ ਕੇ ਜੂਝ ਮਰਨ ਦੀ ਆਗਿਆ ਦਿੱਤੀ ਜਾਵੇ ਕਿਉਂ ਜੋ ਮੇਰੇ ਭਾਈ ਮੇਰੀਆਂ ਅੱਖਾਂ ਸਾਹਮਣੇ ਆਪਣੀਆਂ ਜਾਨਾਂ ਤੇ ਖੇਡ ਰਹੇ ਹਨ ਪਿਤਾ ਜੀ ਮੇਰੇ ਅੰਦਰ ਸ਼ਹੀਦੀ ਪ੍ਰਾਪਤ ਕਰਨ ਦੀ ਅਪਾਰ ਇੱਛਾ ਹੈ ਅਤੇ ਮੇਰੇ ਸੀਨੇ ਅੰਦਰ ਇਹ ਭਾਵਨਾ ਉੱਭਰ ਰਹੀ ਹੈ ਕਿ ਮੈਂ ਵੀ ਜਾ ਕੇ ਜੰਗ ਵਿੱਚ ਲੜਾਂ ਤੇ ਆਪਣੇ ਭਰਾਵਾਂ ਨਾਲ ਜਾ ਕੇ ਇਸ ਸਨਮਾਨ ਦਾ ਹਿੱਸਾ ਵੰਡਾਂ ਪਿਤਾ ਨੇ ਪੁੱਤਰ ਨੂੰ ਛਾਤੀ ਨਾ ਲਾਇਆ ਉਸ ਨੂੰ ਢਾਲ ਤਲਵਾਰ ਬਖਸ਼ੇ ਯੋਧਾਂ ਵਾਲਾ ਬਾਣਾ ਸਜਾਇਆ ਤੇ ਮੱਥਾ ਚੁੰਮਿਆ ਜਾਓ ਮੇਰੇ ਪੁੱਤਰ ਇਹ ਅਕਾਲ ਪੁਰਖ ਦੀ ਰਜ਼ਾ ਹੈ ਅਜੀਤ ਸਿੰਘ ਕਮਸਾਨ ਯੁੱਧ ਵਿੱਚ ਆਪਣਾ ਘੋੜਾ ਲੈ ਗਿਆ ਤੇ ਆਪਣੀ ਤਲਵਾਰ ਨੂੰ ਚਲਾਉਂਦਾ ਹੋਇਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜਾਉਂਦਾ ਗੁਰੂ ਨਾਨਕ ਦੀ ਸਾਜੀ ਹੋਈ ਅਸਲੀ ਕਰਤਾਰਪੁਰੀ ਵੱਲ ਨੂੰ ਚਲਾ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਤਰ ਦੀ ਸ਼ਹੀਦੀ ਵੇਖ ਕੇ ਕੁਝ ਸਮੇਂ ਲਈ ਨੇਤਰ ਅਰਦਾਸ ਵਿੱਚ ਮੁੰਦ ਲਏ ਅਤੇ ਮਰਤੂ ਤੋਂ ਪਿੱਛੋਂ ਕੁਝ ਚਿਰ ਉਸ ਦੀ ਆਤਮਾ ਦੇ ਨਾਲ ਸੰਗਤ ਦੇ ਕੇ ਸੱਚਖੰਡ ਦੀ ਯਾਤਰਾ ਵਿੱਚ ਸਹਾਇਤਾ ਕੀਤੀ ਜਦੋਂ ਉਹਨਾਂ ਨੇ ਨੈਣ ਮੁੜ ਖੋਲੇ ਤਾਂ ਛੋਟੇ ਸਹਿਬਜ਼ਾਦੇ ਜੁਝਾਰ ਸਿੰਘ ਵੀ ਹੱਥ ਜੋੜ ਕੇ ਉਹੀ ਬੇਨਤੀ ਕਰ ਰਹੇ ਸਨ ਪਿਤਾ ਜੀ ਮੈਂ ਵੀ ਆਪਣੇ ਵੱਡੇ ਭਰਾ ਕੋਲ ਪੂਜਣਾ ਚਾਹੁੰਦਾ ਪਿਤਾ ਨੇ ਉਤਰ ਦਿੱਤਾ ਤੁਸੀਂ ਹਾਲੀ ਜੰਗ ਲਈ ਬੜੇ ਸੋਹਲ ਤੇ ਛੋਟੇ ਹੋ ਪਿਤਾ ਜੀ ਉਮਰ ਦਾ ਕੀ ਹੈ ਕੀ ਮੈਂ ਆਪਣੀ ਮਾਤਾ ਦਾ ਦੁੱਧ ਨਹੀਂ ਪੀਤਾ ਤੇ ਕੀ ਮੈਂ ਪਵਿੱਤਰ ਅੰਮ੍ਰਿਤ ਨਹੀਂ ਛਕਿਆ ਪਿਤਾ ਜੀ ਮੈਨੂੰ ਆਸ਼ੀਰਵਾਦ ਦਿਓ ਤੇ ਛੇਤੀ ਜਾਣ ਦਿਓ ਗੁਰੂ ਗੋਬਿੰਦ ਸਿੰਘ ਜੀ ਨੇ ਛੋਟੇ ਬੱਚੇ ਨੂੰ ਆਪਣੀ ਪਵਿੱਤਰ ਗੋਦ ਵਿੱਚ ਲੈ ਲਿਆ ਉਹਨਾਂ ਦਾ ਚਿਹਰਾ ਸਵਾਰਿਆ ਸੋਹਣੇ ਚਾਂਦੀ ਤਾਰਾਂ ਨਾਲ ਕੱਢਿਆ ਮਖਮਲ ਦਾ ਪੁਸ਼ਾਕਾ ਪੋਆਇਆ ਗਰਲ ਵਿੱਚ ਗਾਤਰਾ ਪਾ ਕੇ atyp ਛੋਟੀ ਤਲਵਾਰ ਦੇ ਦਿੱਤੀ। ਸਾਹਿਬਜ਼ਾਦੇ ਦੇ ਸਿਰ ਉਪਰ ਦਸਤਾਰ ਸਜਾਈ ਤੇ ਛੋਟੀ ਕਲਗੀ ਲਾਈ ਤੇ ਪੁੱਤਰ ਦਾ ਮੱਥਾ ਚੁਮਿਆ। ਮੇਰੇ ਪੁੱਤਰ ਅਸੀਂ ਸੰਸਾਰ ਦੇ ਵਾਸੀ ਨਹੀਂ ਹਾਂ। ਸਾਡੇ ਵੱਡੇ-ਵਡੇਰੇ ਅਕਾਲਪੁਰਖ ਦੀ ਹਜ਼ੂਰੀ ਵਿੱਚ ਰਹਿ ਰਹੇ ਹਾਂ। ਤੁਸੀਂ ਵੀ ਉੱਥੇ ਜਾ ਕੇ ਮੇਰੀ ਇੰਤਜ਼ਾਰ ਕਰਨਾ। ਸਾਹਿਬਜ਼ਾਦਾ ਚਲਾ ਗਿਆ ਪਰ ਥੋੜਾ ਚਿਰ ਅੱਗੇ ਜਾ ਕੇ ਪਿੱਛੇ ਮੁੜ ਆਇਆ ਤੇ ਪਾਣੀ ਮੰਗਿਆ ਤੇ ਕਿਹਾ ਮੈਨੂੰ ਤਿਰਖਾ ਲੱਗੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਮੁੜ ਫਰਮਾਇਆ ਮੇਰੇ ਪੁੱਤਰ ਜਾਓ ਇਸ ਸੰਸਾਰ ਵਿੱਚ ਹੁਣ ਤੁਹਾਡੇ ਲਈ ਕੋਈ ਪਾਣੀ ਬਾਕੀ ਨਹੀਂ ਹੈ ਉਹ ਵੇਖੋ ਜਿੱਥੇ ਤੇਰਾ ਭਾਈ ਲੇਟ ਰਿਹਾ ਹੈ ਉਥੇ ਤੇਰੇ ਲਈ ਅੰਮ੍ਰਿਤ ਪਿਆਲਾ ਭਰਿਆ ਪਿਆ ਹੈ ਫਿਰ ਇਹ ਸਾਹਿਬਜ਼ਾਦਾ ਵੀ ਆਪਣੇ ਭਰਾ ਵਾਲੇ ਮਾਰਗ ਤੇ ਸਵਾਰ ਹੋ ਕੇ ਚਲਾ ਗਿਆ ਗੁਰੂ ਰੂਪਿਆਰੀ ਸਾਥ ਸੰਗਤ ਜੀ ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਮਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ